ਸਾਬ ਦੀ ਡਾਇਰੈਕਸ਼ਨ ਅੰਦਰ ਡਰੱਗਸ ਦੇ ਖਿਲਾਫ ਜੋ ਮੁਹਿੰਮ ਚਲਾਈ ਗਈ ਹੈ ਉਸ ਦੇ ਸੰਬੰਧ ਵਿੱਚ ਥਾਣਾ ਸਿਵਰ ਲੈਂਡ ਮੁਖ ਅਫਸਰ ਜਦਵਿੰਦਰ ਸਿੰਘ ਅਤੇ ਉਹਨਾਂ ਦੀ ਟੀਮ ਵੱਲੋਂ ਕੱਲ ਕਾਫੀ ਭਾਰੀ ਮਾਤਰਾ ਦੇ ਵਿੱਚ ਡਰੱਗਸ ਬਣੇ ਅਤੇ ਡਰੱਗਸ ਬਰਾਮਦ ਕੀਤੀ ਗਈ ਹੈ ਇੱਥੇ ਦੱਸਣਾ ਚਾਹਾਂਗਾ ਮੈਂ ਕਿ ਹਰਜਿੰਦਰ ਸਿੰਘ ਪੁੱਤਰ ਬਲਕੀਸ਼ ਸਿੰਘ ਰਮਨਦੀਪ ਸਿੰਘ ਉਰਫ ਤਾਣੀ ਪੁੱਤਰ ਹਰਜਿੰਦਰ ਸਿੰਘ ਜਿਹੜੇ ਕਿ ਦੋਨੋਂ ਪਿਓ ਪੁੱਤਰ ਨੇ ਇਹਨਾਂ ਦੀ ਵਾਈਫ ਮਾਨਸ਼ੀ ਪਤਨੀ ਰਮਨਦੀਪ ਅਤੇ ਅਮਰਜੀਤ ਗੌਰ ਪਤਨੀ ਹਰਜਿੰਦਰ ਸਿੰਘ ਜਿਹੜੇ ਕਿ ਕੱਚੇ ਧੋਬਿਆਂ ਦੇ ਰਹਿਣ ਵਾਲੇ ਨੇ ਇਹਨਾਂ ਪਾਸ ਇੱਕ ਨੋਵਾ ਗੱਡੀ ਹੈ ਨੋਵਾ ਗੱਡੀ ਤੇ ਰਾਹੀਂ ਇਹ ਜਿਹੜੀ ਡਰੱਗਸ ਹੈ ਉਹ ਫਿਰੋਜ਼ਪੁਰ ਸੈਟ ਤੋਂ ਲੈ ਕੇ ਆਉਂਦੇ ਨੇ ਜੋ ਕੱਲ ਇਨਫੋਰਮੇਸ਼ਨ ਦੇ ਆਧਾਰ ਤੇ ਇਹਨਾਂ ਨੂੰ ਇਹਨਾਂ ਦੇ ਘਰੇ ਇਹਨਾਂ ਨੂੰ 105 ਗ੍ਰਾਮ ਹੀਰੋਇਨ ਸਮੇਤ 740000 ਰੁਪਏ ਦੀ ਭਾਰਤੀ ਕਰੰਸੀ ਇਹਨਾਂ ਤੋਂ ਬਰਾਮਦ ਹੋਈ ਹੈ ਜੋ ਪੁੱਛ ਗਿਛਤੇ ਇਹਨਾਂ ਦੱਸਿਆ ਕਿ ਅਸੀਂ ਕਾਫੀ ਪਿਛਲੇ ਕਾਫੀ ਲੰਬੇ ਸਮੇਂ ਤੋਂ ਹੈ ਡਰੱਗਸ ਦਾ ਕੰਮ ਕਰਦੇ ਆ ਰਹੇ ਨੇ ਜੋ ਫਸਟ ਟਾਈਮ ਇਹ ਕਾਬੂ ਆਏ ਨੇ ਜੋ ਇਹਨਾਂ ਦੀ ਹਜੇ ਬਾਕੀ ਇਨਟਰੋਗੇਸ਼ਨ ਪੇਸ਼ ਕਰਾਂਗੇ ਅੱਜ ਕੋਰਟ ਦੇ ਵਿੱਚ ਪੁਲਿਸ ਰਿਮਾਂਡ ਹਾਸਲ ਕਰਕੇ ਬਾਕੀ ਇਨਟਰੋਗੇਸ਼ਨ ਕਰਾਂਗੇ ਜਿਹੜੇ ਦੇ ਬੈਕਵਰਡ ਲਿੰਕ ਤੇ ਫਾਰਵਰਡ ਲਿੰਕ ਤੇ ਕੰਮ ਕਰਕੇ ਅੱਗੇ ਫਰਦਰ ਵੀ ਸਾਨੂੰ ਉਮੀਦ ਹੈ ਕਾਫੀ ਰਿਕਵਰੀ ਹੋ ਜਾਵੇਗੀ ਸਰ ਕਿੰਨੀ ਰਕਮ ਹੈ ਜੀ ਕਿੰਨੀ ਡਰਗ ਆਈ ਹੈ ਇਹਦੇ ਚ 105 ਗ੍ਰਾਮ ਹੀਰੋਇਨ ਹੈ ਜਿਹੜੇ ਹੀਰੋਇਨ ਫਿਰੋਜ਼ਪੁਰ ਤੋਂ ਲੈ ਕੇ ਆਏ ਸੀਗੇ ਸੈਟ ਤੋਂ ਤੇ 7 ਲੱਖ 40 ਹਜ਼ਾਰ ਰੁਪਈਆ ਭਾਰਤੀ ਕਰੰਸੀ ਹੈ ਇਹ ਸਾਰੀ ਡਰਗ ਮੰਨੀ ਹੈ ਜੀ ਸਾਰੀ ਟੋਟਲੀ ਡਰਗ ਮੰਨੀ ਹੈ ਜੀ ਤੇ ਡਰਗਸ ਦੇ ਰਾਹੀਂ ਇਹ ਪੈਸਾ ਕਮਾਇਆ ਗਿਆ ਪ੍ਰਾਪਰਟੀ ਦੀ ਵੀ ਕਿਸ ਤਰ੍ਹਾਂ ਦੀ ਇਹਨਾਂ ਦੀ ਜਾਂਚ ਕੀਤੀ ਹੋ ਪੁਰਾਣੀ ਜੀ ਹਾਂ ਉਹ ਸਾਡੇ ਕੋਲ ਅਸੀਂ ਸਾਰੇ ਬੈਂਕਸ ਰਿਕਾਰਡ ਇਹਦੇ ਲੈ ਲਏ ਨੇ ਬੈਂਕ ਦੀਆਂ ਇਹਦੀਆਂ ਪਾਸਬੁੱਕ ਲੈ ਲਿਆ ਨੇ ਨਮਾਇਕਰ ਪਾ ਰਿਹਾ ਸੀਗਾ ਉਹਦੇ ਵੀ ਜਾਂਚ ਕਰਾਂਗੇ ਤੇ ਇਹਦੇ ਜਿਹੜਾ ਇਹਦੇ ਆਪਣੇ ਕੋਈ ਕਾਰਾਂ ਕਾਰ ਕਿੱਥੋਂ ਆਈਏ ਜਾਂ ਹੋਰ ਵੀ ਜਿਹੜਾ ਕੋਈ ਵਹੀਕਲ ਇਹਦੇ ਕੋਲ ਹੈਗੇ ਨੇ ਕਿੱਥੋਂ ਇਹਨੇ ਇਹ ਪਰਚੇਸ ਕਰੇ ਨੇ ਉਹ ਸਾਰੀ ਜਾਂਚ ਕਰੂਗਾ ਜੀ ਆਪਾਂ ਗੱਲ ਕਰੀਏ ਪੁਰਾਣਾ ਜੀ ਇੰਨਾ ਪੈਸਾ ਆਇਆ ਕਾਰੋਬਾਰ ਵੀ ਇਹ ਚੈਦਾ ਪਿਛਲਾ ਕਾਰੋਬਾਰ ਸਿਰਫ ਟੈਕਸੀ ਦਾ ਇਹਦਾ ਕਾਰੋਬਾਰ ਹੈ ਇਹਦਾ ਪਿਓ ਦੇ ਦੱਸਣ ਦੇ ਮੁਤਾਬਕ ਮੈਂ ਟੈਕਸੀ ਦਾ ਕੰਮ ਕਰਦਾ ਸਰ ਇਹ ਜਿਹੜਾ ਪਹਿਲਾਂ ਵੀ ਇਹਨੇ ਤਾਂ ਸਰ ਮੁਕਦਮੇ ਦਰਜ ਹੈਗਾ ਨੇ ਫਿਲਹਾਲ ਇਹਨਾਂ ਤੇ ਫਰਸਟ ਪਹਿਲੇ ਹੀ ਮੁਕਦਮਾ ਦਰਜ ਹੋਇਆ ਹੈ ਲੇਡੀਜ਼ ਲੇਡੀਜ਼ ਇਹ ਦੋਨੋਂ ਹਰਜਿੰਦਰ ਸਿੰਘ ਤੇ ਰਮਨਦੀਪ ਸਿੰਘ ਦੋਨੋਂ ਪੇਉਪੁੱਤ ਨੇ ਤੇ ਜਿਹੜੀ ਰਮਨਦੀਪ ਦੀ ਵਾਈਫ ਹੈ ਮਾਨਸੀ ਹੈ ਤੇ ਹਰਜਿੰਦਰ ਸਿੰਘ ਦੀ ਵਾਈਫ ਹੈ ਅਮਰਜੀਤ ਕੌਰ ਹੈ ਉਹ ਬੋਤ ਇਹਨਾਂ ਨੂੰ ਦੱਸ ਕੀ ਕੰਨੀ ਚਲੀ ਦਿਖਾ ਰਹੀ ਨਹੀਂ ਇਹਨਾਂ ਕੋਲ ਬਰਾਮਦ ਨਹੀਂ ਸੀ ਕਿ ਹੋਰ ਵੀ ਨਹੀਂ ਨਹੀਂ ਹੀਰੋਇਨਸ ਹੀਰੋਇਨੀ ਇਹਨਾਂ ਤੋਂ ਬਰਾਮਦ ਹੋਏ ਹੀਰੋਇਨ ਦੇ ਇਹ ਧੰਦਾ ਕਰਦੇ ਸੀਗੇ ਜਿਹੜੇ ਗੱਡੀ ਦੇ ਵਿੱਚ ਛੁਪਾ ਕੇ ਲੈ ਕੇ ਆਉਂਦੇ ਸੀ ਵਾਕੇ ਲਿਆ ਕੇ ਨੋਬਾ ਗੱਡੀ ਦੇ ਵਿੱਚ ਇਹ ਅੱਗੇ ਇਹ ਲੋਕਾਂ ਨੂੰ ਜਿਹੜੇ ਹੈਗੇ ਕੁੜੀਆਂ ਬਣਾ ਕੇ ਆਪਣੇ ਪਰਿਵਾਰ ਸਮੇਤ ਕੁੜੀਆਂ ਬਣਾ ਕੇ ਅੱਗੇ ਵੇਚਦੇ ਸੀ। ਪੁੱਛੀ ਵਿੱਚ ਸਾਹਮਣੇ ਕਿੰਨੀ ਕਿਤੇ ਤੋਂ ਇਹ ਕੰਮ ਕਰਦੇ। ਤੇ ਜੋ ਸਾਨੂੰ ਪੁੱਛਕਿਛ ਕੀਤੀ ਆ ਉਹਦੇ ਤੋਂ ਸਾਨੂੰ ਪਤਾ ਲੱਗਿਆ ਪਿਛਲੇ 2-3 ਸਾਲਾਂ ਤੋਂ ਇਸ ਕੰਮ ਤੇ ਲੱਗੇ ਹੋਏ ਸੀਗੇ। ਤੇ ਸਿਰਫ ਟੈਕਸੀ ਦਾ ਤਾਂ ਇੱਕ ਬਹਾਨਾ ਸੀਗਾ ਕਿ ਮੈਂ ਟੈਕਸੀ ਚ ਚੜਾਉਣਾ ਪਰ ਟੈਕਸੀ ਦੇ ਨਾਲ ਨਾਲ ਹੀ ਇਹ ਜਿਹੜਾ ਕਾਰੋਬਾਰ ਹੈ। ਇਹ ਹੀ ਡਰੱਗਸ ਜੇ ਕਰਨੀ ਸੀ ਇਹਦੇ ਫਲਸਪੁਰ ਤੇ ਲਿੰਕ ਆਉਂਦੇ ਉਹ ਉਹ ਸਾਡੇ ਅੱਗੇ ਅਸੀਂ ਇਸ ਤਰ੍ਹਾਂ ਡਿਸਕਲੋਜ਼ ਨਹੀਂ ਕਰ ਸਕਦੇ ਉਹ ਸਾਡੇ ਅਸੀਂ ਅੱਗੇ ਕਾਰਵਾਈ ਫਰਦਰ ਕਰਾਂਗੇ ਜੇ ਸਰ ਡਿਲੀਵਰੀ ਕਿਵੇਂ ਕਰਦੇ ਸੀ ਪਰ ਉਹ ਆ ਕੇ ਲੈ ਕੇ ਜਾਂਦੇ ਸੀ ਜਾਂ ਦੇਖ ਕੇ ਆਉਂਦੇ ਸੀ ਇਸ ਤਰ੍ਹਾਂ ਬਸ ਉਹੀ ਉਹ ਨੂੰ ਜਦੋਂ ਭਾਰੀ ਮਾਤਰਾ ਚ ਲਿਆ ਕੇ ਉਸ ਤੋਂ ਬਾਅਦ ਇਹ ਉਹਦੀਆਂ ਜਿਹੜੀਆਂ ਹੈ ਪੂੜੀਆਂ ਬਣਾ ਲੈਂਦੇ ਸੀ ਜਿਹੜੇ ਕਹਿੰਦੇ ਦੀ ਵਾਈਫ ਕੰਡਾ ਕੰਡੇ ਰਾਹੀਂ ਜਿਹੜਾ ਛੋਟਾ ਕੰਡਾ ਹੁੰਦਾ ਉਹ ਰਾਹੀਂ ਇਹ ਤੋਲ ਕੇ ਤੇ ਡਿਊਟੀ ਆਫ ਫੈਮਲੀਜ਼ ਦੇ ਨਾਲ ਦੇ ਹੈਲਪ ਕਰਦੀਆਂ ਸੀ ਤੇ ਅਸੀਂ ਕੰਡਾ ਵੀ ਬਰੰਬਤ ਕੀਤਾ ਤੇ ਉਹ ਕੁੜੀਆਂ ਫਿਰ ਇਹ ਤੁਰ ਫਿਰ ਕੇ ਇਹ ਵੇਚਦੇ ਸੀ ਅੱਗੇ ਦੀ ਹੁਣ ਕਿਸ ਤਰ੍ਹਾਂ ਦੀ ਕਰਦੇ ਹਾਂ ਅੱਗੇ ਅਜ ਨੂੰ ਅਸੀਂ ਪੇਸ਼ ਕਰਾਂਗੇ ਅਜ ਕੋਰਟ ਦੇ ਵਿੱਚ ਕੋਰਟ ਸਪੇਸ਼ ਕਰਕੇ ਅਸੀਂ ਇਹਦਾ ਪੁਲਿਸ ਰਿਮਾਂਡ ਲਵਾਂਗੇ ਪੁਲਿਸ ਰਿਮਾਂਡ ਲੈ ਕੇ ਜਿੰਨੇ ਵੀ ਕੁਐਸਚਨ ਹੈਗੇ ਨੇ ਉਹਨਾਂ ਦੇ ਅਸੀਂ ਆਨਸਰ ਲਵਾਂਗੇ ਉਹ ਫਿਰ ਤੁਹਾਨੂੰ ਪਾਸ ਆਨ ਕਰਾਂਗੇ